ਜੱਸੀ ਗਿੱਲ, ਰਣਜੀਤ ਬਾਵਾ ਅਤੇ ਨਿੰਜਾ ਦੀ ਦੋਸਤੀ 'ਤੇ ਆਧਾਰਿਤ ਆਉਣ ਵਾਲੀ ਪੰਜਾਬੀ ਫਿਲਮ ਹਾਈ ਐਂਡ ਯਾਰੀਆਂ ਦਾ ਟ੍ਰੇਲਰ ਪ੍ਰਸਿੱਧ ਕੰਪਨੀ ਸਪੀਡ ਰਿਕਾਰਡਸ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਇਸ ਨੂੰ 3.5 ਮਿਲੀਅਨ ਲੋਕਾਂ ਨੇ ਵਿਊ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਨੇ, ਜੋ ਸੱਜਣ ਸਿੰਘ ਰੰਗਰੂਟ, ਬੰਬੂ ਕਾਟ ਅਤੇ ਗੋਰਿਆਂ ਨੂੰ ਦਫਾ ਕਰੋ ਵਰਗੀਆਂ ਸੁਪਰ ਹਿੱਟ ਫਿਲਮਾਂ ਬਣਾ ਚੁੱਕੇ ਹਨ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਬਲਵਿੰਦਰ ਕੋਹਲੀ ਨੇ। ਇਸ ਫਿਲਮ ਦੀ ਹੋਰ ਸਟਾਰਕਾਸਟ ਵਿੱਚ ਹਨ ਨਵਨੀਤ ਕੌਰ ਢਿੱਲੋਂ, ਡੈਬਿਊ ਕਰਨ ਜਾ ਰਹੀ ਮੁਕਲ ਸ਼ੈਟੀ, ਅਰੁਸ਼ੀ ਸ਼ਰਮਾ, ਗੁਰਨਾਮ ਭੁੱਲਰ। ਸੁਣੋਏ, ਜੇ ਅੱਜ ਤੋਂ ਬਾਅਦ ਇੱਥੇ ਨੇੜੇ ਤੇੜੇ ਵੀ ਦੱਸਿਆ ਨਾ, ਗੋਲੀ ਮਾਰ ਦੂੰ। ਯਾਰ ਮੈਨੂੰ ਮਾਫ ਕਰ ਦੇ ਵੀਰੇ, ਮੇਰੇ ਤੋਂ ਗਲਤੀ ਹੋ ਗਈ। ਤੈਨੂੰ ਲੱਗ ਜਾਣਾ ਸੀ ਪਤਾ, ਜੇ ਮੂਹਰੋਂ ਜੱਟ ਨੂੰ ਗੁੱਸਾ ਆ ਜਾਂਦਾ। ਯਾਰ ਜੱਟ ਕਰ ਲੈਂਦਾ ਗੁੱਸਾ, ਤੂੰ ਕੋ ਕੀਤਾ? ਮੈਂ ਆਪਣੀ ਗੱਲ ਕਰਦਾ, ਫਿਰ ਬਾਹਮਣ ਕੌਣ ਆ? ਦੋਸਤੀ ਅਤੇ ਪਿਆਰ ਦੀ ਕਮੇਡੀ 'ਤੇ ਆਧਾਰਿਤ ਇਹ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।